très payé. Ah, donc les attentes. Ah, ouais. Ah ben, c'est bon, très payé. ਬਰਗਾੜੀ ਕਾਂਡ ਦਾ ਮਾਮਲਾ ਹਲੇ ਸੁਲਝਿਆ ਵੀ ਨਹੀਂ ਸੀ ਕਿ ਬੇਅਦਬੀ ਦੀ ਇੱਕ ਹੋਰ ਮੰਦਭਾਗੀ ਘਟਨਾ ਵਾਪਰੀ। ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਗੁਰਸਹਾਇ ਦੇ ਪਿੰਡ ਮਹੰਤੇ ਵਾਲਾ ਵਿੱਚ ਜਿੱਥੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗੁਰੂ ਘਰ ਅੰਦਰ ਦਾਖਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ। ਇੰਨਾ ਹੀ ਨਹੀਂ, ਅਣਪਛਾਤੇ ਵਿਅਕਤੀ ਵੱਲੋਂ ਗੁਰੂ ਘਰ ਅੰਦਰ ਪਏ ਚਾਰੇ ਪਾਸੇ ਸਮਾਨ ਦੀ ਭੰਨ ਤੋੜ ਵੀ ਕੀਤੀ ਗਈ ਹੈ। ਤੁਸੀਂ ਵੀ ਵੇਖੋ ਦਿਲ ਨੂੰ ਝੰਜੋੜ ਦੇਣ ਵਾਲੀਆਂ ਇਹ ਤਸਵੀਰਾਂ। ਆ ਗੁਰਦੇ ਸਾਹਿਬ ਪੈ ਜੀ, ਆ ਗੁਰਦੇ ਸਾਹਿਬ ਆ ਪੈ ਇੱਥੇ ਉੱਥੇ ਪੈ ਜੀ। ਉਧਰ ਲੋਕਾਂ ਮੁਤਾਬਕ ਜਦੋਂ ਉਹਨਾਂ ਨੂੰ ਸਪੀਕਰ ਚੋਂ ਅਜੀਬ ਆਵਾਜ਼ਾਂ ਸੁਣਾਈ ਦਿੱਤੀਆਂ ਤਾਂ ਪਿੰਡ ਵਾਲੇ ਇਕੱਠੇ ਹੋ ਗਏ ਤੇ ਜਦੋਂ ਉਹਨਾਂ ਗੁਰੂ ਘਰ ਜਾ ਕੇ ਦੇਖਿਆ ਤਾਂ ਉਹਨਾਂ ਦੇ ਪੈਰਾਂ ਹੇਠਾਂ ਜ਼ਮੀਨ ਖਿਸਕ ਗਈ। ਬੇਅਦਬੀ ਦਾ ਮਾਮਲਾ ਜੀ, ਸਾਡੇ ਗੁਰਦੁਆਰਾ ਸਾਹਿਬ ਸਾਰਾ ਲੋਕ ਹੁੰਦਾ। ਇਹ ਰਾਤ ਨੂੰ 2:30 ਕੋਈ ਬੰਦਾ ਆਇਆ, ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਵੜ ਗਿਆ। ਉਸ ਤੋਂ ਉਹਨੇ ਸਾਰੀਆਂ ਲਾਈਟਾਂ ਛੱਡੀਆਂ, ਸਾਰਾ ਕੁਝ ਛੱਡਿਆ, ਤਾਂ ਕਿ ਗੁਰਦੁਆਰੇ ਦਾ ਨੁਕਸਾਨ ਕੀਤਾ ਬਹੁਤ ਜ਼ਿਆਦਾ। ਜਦੋਂ ਸਾਡੇ ਸਾਹਮਣੇ ਘਰ ਵਾਲੇ ਉੱਠੇ, ਉਹਨਾਂ ਨੇ ਵੇਖਿਆ ਵੀ ਉਹ ਜਿਹੜਾ ਸਪੀਕਰ ਸੀ ਉਹ ਚੱਲ ਰਿਹਾ ਸੀਗਾ, ਉਹ ਸਪੀਕਰ ਚੱਲ ਰਿਹਾ ਸੀ ਅਤੇ ਸਾਰੇ ਉੱਠ ਕੇ ਉਹਨੇ ਵੇਖਿਆ। ਜਦੋਂ ਦੋਵੇਂ ਜੀ ਉੱਠ ਕੇ ਗਏ ਗੁਰਦੁਆਰਾ ਸਾਹਿਬ ਅਤੇ ਉਹ ਵੇਖਿਆ ਵੀ ਅੰਦਰ ਬੰਦਾ ਫਿਰ ਰਿਹਾ। ਪਹਿਲਾਂ ਤਾਂ ਆਖਿਆ ਵੀ ਘਰ ਪਿੰਡ ਦੀ ਸੰਗਤ ਆ ਕੋਈ, ਪਰ ਦੇਖਿਆ ਬੰਦਾ ਤਾਂ ਉਹ ਪਾਈਪਾਂ ਨਾਲ ਲਾਈਟਾਂ ਤੋੜ ਰਿਹਾ ਸੀ ਅੰਦਰ। ਹੋਰ ਇੱਕ ਝੁੰਮਰ ਜਿਹਾ ਲੱਗਿਆ ਲਾਇਆ ਕਿਸੇ ਘਰ ਨੇ, ਉਹ ਤੋੜਤਾ। ਉਸ ਤੋਂ ਬਾਅਦ ਉਹਦੇ ਘਰ ਵਾਲੀ ਨੇ ਆਵਾਜ਼ ਮਾਰੀ ਵੀ ਲਲਕਰਾ ਮਾਰਿਆ ਵੀ ਤੂੰ ਕੌਣ ਹੈ। ਉਹ ਵੇਖ ਕੇ ਦੇ ਦੂਜੇ ਮਗਰ ਦੂਜਾ ਭਾਈ ਆ ਗਿਆ, ਉਹਦਾ ਪਛਾਣ ਜਾ ਬੰਦੇ ਨਾਲ ਹੁਣ ਇਹ ਨਾਲ। ਉਦੋਂ ਸਾਰੇ ਪਿੰਡ ਨੂੰ ਫੋਨ ਕੀਤੇ, ਸਾਰਾ ਪਿੰਡ ਇਕੱਠਾ ਹੋ ਗਿਆ 20 ਮਿੰਟਾਂ ਦੇ ਵਿੱਚ। ਉਹ ਅੰਦਰ ਤੋੜ ਕੇ ਸਾਰਾ ਕੁਛ, ਉੱਥੇ ਗ੍ਰੰਥੀ ਸਾਹਿਬ ਦੀ ਐਨਕ ਪਈ ਚੱਕ ਕੇ ਲਾਈ, ਫਿਰ ਟਸ਼ਨ ਮਸ਼ਨ ਕਰਿਆ ਪਿਆ, ਪਾਗਲ ਬਣਦਾ ਹੀ ਆਪਦੇ ਜਣੇ। ਪਰ ਸਾਰੀ ਉਹਨੂੰ ਸੂਝ ਸੀ, ਉਦੋਂ ਸਾਰੀ ਜਾਣਕਾਰੀ ਸੀ ਉਹਨੂੰ। ਉਸ ਤੋਂ 20 ਮਿੰਟ ਜਦੋਂ ਪਿੰਡ ਇਕੱਠਾ ਹੋ ਗਿਆ ਕੱਢੀ, ਉਦੋਂ ਬਾਅਦ ਅਸੀਂ ਇੱਧਰ ਪੁਲਿਸ ਸਟੇਸ਼ਨ 'ਤੇ ਰਿਪੋਰਟ ਕੀਤੀ। ਸ਼੍ਰੋਮਣੀ ਕਮੇਟੀ ਮੈਂਬਰ ਸਰਦਾਰ ਦਰਸ਼ਨ ਸਿੰਘ ਬਰਾੜ ਮੋਠਾਂਲੀ ਵਾਲੇ, ਉਹਨਾਂ ਨੂੰ ਫੋਨ ਕੀਤਾ, ਉਹ ਵੀ ਮੌਕੇ 'ਤੇ ਪਹੁੰਚ ਗਏ 4 ਵਜੇ। ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ? ਅਸੀਂ ਮੰਗ ਇਹ ਕਰਦੇ ਹਾਂ ਵੀ ਇਹ ਬੰਦਾ ਕਿੱਥੋਂ ਆਇਆ, ਕਿਸੇ ਏਜੰਸੀ ਨੇ ਛੱਡਿਆ ਜਾਂ ਕਿਵੇਂ ਛੱਡਿਆ, ਸਾਡੇ ਪਿੰਡ ਦਾ ਕੋਈ ਲਾਗਾ ਦੇ ਗਾਣੀ ਕਿੱਥੋਂ ਤਰਨ ਤਾਰਨ ਤੋਂ ਚੱਲਿਆ। ਇਸ ਤੋਂ ਜੇ ਨਾ ਫੜਿਆ ਜਾਂਦਾ ਸਾਡੇ ਪਿੰਡ 'ਤੇ ਅੱਡ ਕਟਾਪਾ ਚੜ੍ਹਨਾ ਹੀ, ਕਿਸੇ ਨੇ ਦੁਸ਼ਮਣੀ ਰੰਜਸਣਾ ਦੂਜੇ ਨੂੰ ਅੱਗੇ। ਵੇਖੋ ਬਾਹਰ ਕਿੰਨੇ ਕੌਤਕ ਹੋਏ ਆ ਗੁਰੂ ਸਾਹਿਬ ਦੀ ਬੰਦੀ। ਗੁਰੂ ਸਾਹਿਬ ਦੀ ਜਿਹੜੀ ਬੇਅਦਬੀ ਹੈ, ਬਹੁਤ ਇੱਕ ਸਾਰੀ ਸ੍ਰਿਸ਼ਟੀ ਦਾ ਮਾਲਕ ਹੋਣ ਦੇ ਨਾਤੇ ਇੱਕ ਆਪਣੇ ਪਿਓ ਦੀ ਦਾੜੀ ਨੂੰ ਹੱਥ ਪਾਵੇ, ਇਹ ਜਰਿਆ ਨਹੀਂ ਜਾਂਦਾ। ਉਧਰ ਬੇਅਦਬੀ ਦੀ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ SGPC ਕਮੇਟੀ ਦੇ ਮੈਂਬਰ ਅਤੇ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਬੇਅਦਬੀ ਕਰਨ ਵਾਲੇ ਨੌਜਵਾਨ ਨੂੰ ਕਾਬੂ ਕਰ ਲਿਆ। ਮੈਨੂੰ ਟੈਲੀਫੋਨ ਆਇਆ ਸਾਬਕਾ ਸਰਪੰਚ ਦਾ ਵੀ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਗਿਆਨ ਪਛਾਤਾ ਬੰਦਾ ਵੜ ਗਿਆ ਅਤੇ ਜਿਹੜਾ ਉਹ ਬੇਅਦਬੀ ਕੀਤੀ ਉਹਨੇ। ਅਸੀਂ ਜਾ ਕੇ ਉੱਥੇ ਵੇਖਿਆ, SHO ਨੂੰ ਵੀ ਟੈਲੀਫੋਨ ਕੀਤਾ, ਇਹ ਵੀ ਮੌਕੇ 'ਤੇ ਪਹੁੰਚੇ। ਉੱਥੇ ਨਗਰ ਸਾਰਾ ਵੀ ਇਕੱਠਾ ਹੋਇਆ ਸੀ, ਜਾ ਕੇ ਵੇਖਿਆ ਥੜਾ ਸਾਹਿਬ ਤੋਂ ਜਿਹੜਾ ਮਾਰੇ ਦਾ ਪਾਵਨ ਸਰੂਪ ਹੈ ਉਹ ਥੱਲੇ ਸਿੱਟਿਆ ਸੀ, ਅਤੇ ਗੁਟਕਾ ਸਾਹਿਬ ਵੀ ਦੋ ਥੱਲੇ ਸਿੱਟੇ ਸੀ, ਇਹ ਗੁਟਕਾ ਸਾਹਿਬ ਦੇ ਅੰਗ ਫਟੇ ਸੀ। ਅੰਦਰੋਂ ਟੋਟਲ ਹੀ ਜਿਹੜਾ AC ਹੈ, ਪੱਖੇ ਹੈ, ਝੁੰਬਰ ਲੱਗਿਆ ਮਹਾਰਾਜ ਦੇ ਅੱਗੇ, ਉਹ ਤੋੜਿਆ ਭੰਨਿਆ ਪਿਆ ਸੀ। ਇਹ ਬੰਦਾ ਅੰਦਰ ਹੀ ਸੀਗਾ, ਅੰਦਰ ਫੜਿਆ ਹੋਇਆ ਸੀ। ਅੰਦਰ ਫੜਾ ਕੇ ਅਸੀਂ ਪੁਲਿਸ ਨੇ, SHO ਸਾਹਿਬ, SP ਸਾਹਿਬ ਸਾਰੇ ਉੱਥੇ ਮੌਕੇ 'ਤੇ ਪਹੁੰਚੇ ਹੈ, ਸਾਰੇ ਨਗਰ ਨੇ। ਸਾਡੀ ਸਾਰੀ ਇਹ ਮੰਗ ਹੈ ਵੀ ਭਾਵੇਂ ਵੇਖਣ ਨੂੰ ਇਹ ਕਿਸੇ ਤਰ੍ਹਾਂ ਦਾ ਲੱਗਦਾ ਹੈ, ਇਹ ਤਰਨ ਤਾਰਨ ਤੋਂ ਕੁਹਾੜਾ ਪਿੰਡ ਦੇ ਵਿੱਚ ਜਿਹੜਾ ਮਾਨਚਲੋ ਦੇ ਨੇੜੇ ਪਿੰਡ ਹੈ, ਉੱਥੋਂ ਚੱਲ ਕੇ ਆਇਆ ਤਾਂ ਇੰਨੀ ਦੂਰੇ ਕਿਵੇਂ ਆਇਆ, ਕਿਸ ਕਾਰਨ ਆਇਆ, ਕਿਹਨੇ ਭੇਜਿਆ, ਜਾਂ ਕਿਹੜਾ ਕਾਰ ਸੇਵਾਲਾ ਜਿਹੜਾ ਉਹਨੂੰ ਛੱਡ ਕੇ ਗਿਆ, ਇਹਦੀ ਪੜਤਾਲ ਕਰਕੇ SHO ਸਾਹਿਬ ਨੂੰ, ਪੁਲਿਸ ਨੂੰ ਅਸੀਂ ਮੁਸ਼ਤੈਦੀ ਨਾਲ ਉਹ ਪੜਤਾਲ ਕਰਕੇ ਇਹਦਾ ਪੂਰੀ ਖੋਜ ਕਰੇ, ਇਹ ਕਿਸ ਕਾਰਨ ਇੱਥੇ ਪਹੁੰਚਿਆ ਅਤੇ ਕਿਉਂ ਇਹਨੇ ਬੇਅਦਬੀ ਕੀਤੀ, ਕਿਉਂ ਇਸ ਗੁਰਦੁਆਰਾ ਸਾਹਿਬ ਨੂੰ ਚੁਣਿਆ ਗਿਆ, ਇਸ ਕਰਕੇ ਤਾਂ ਕਿ ਅੱਗੋਂ ਤੋਂ ਕੋਈ ਘਟਨਾ ਜੀ ਨਾ ਵਾਪਰੇ, ਸਾਡੇ ਗੁਰੂ ਮਹਾਰਾਜ ਦਾ ਪਾਵਨ ਸਰੂਪ ਦਾ ਬੇਅਦਬੀ ਅੱਗੇ ਤੋਂ ਨਾ ਹੋਵੇ, ਵੱਧ ਤੋਂ ਵੱਧ ਲੋਕਾਂ ਨੂੰ ਇਸ ਦੀ ਜਿਹੜਾ ਮੈਸੇਜ ਆਵੇ, ਪੁਲਿਸ ਕੰਮ ਕਰੇ ਅਤੇ ਕਰ ਵੀ ਰਹੀ ਹੈ। ਹਰਮੰਤਾ ਵਾਲੇ ਦੇ ਵਿਖੇ ਬੜੀ ਮੰਦਭਾਗੀ ਘਟਨਾ ਵਾਪਰੀ ਹੈ। ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਸ਼ਰਾਰਤੀ ਅਨਸਰ ਨੇ ਵੜ ਕੇ ਬੇਅਦਬੀ ਕੀਤੀ ਹੈ। ਮੈਂ ਕਰੜੇ ਸ਼ਬਦਾਂ ਦੇ ਵਿੱਚ ਉਹਦੀ ਨਿੰਦਾ ਕਰਦਾ ਔਰ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਉਹ ਜੇ ਸ਼ਰਾਰਤੀ ਅਨਸਰਾਂ ਵਿਰੁੱਧ ਕਰੜੀ ਕਾਰਵਾਈ ਕਰਕੇ ਇਹਨੂੰ ਠੱਲ ਪਾਈ ਜਾਵੇ। ਉਧਰ ਦੂਜੇ ਪਾਸੇ ਪੁਲਿਸ ਨੇ ਨੌਜਵਾਨ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਭੰਤਾ ਵਾਲੇ ਪਿੰਡ ਤੋਂ SHO ਸਾਹਿਬ ਨੂੰ ਫੋਨ ਆਇਆ ਕਿ ਕੁਛ ਇੱਕ ਅਣਪਛਾਤਾ ਵਿਅਕਤੀ ਗੁਰਦੁਆਰਾ ਸਾਹਿਬ ਦੇ ਅੰਦਰ ਵੜਿਆ ਹੋਇਆ,
ਇਹ ਪੁਲਿਸ ਪਾਰਟੀ ਲੈ ਕੇ ਮੌਕੇ 'ਤੇ ਪਹੁੰਚੇ ਅਤੇ ਪਿੰਡ ਵਾਲਿਆਂ ਨੇ ਇੱਕ ਸੁਖਚੈਨ ਸਿੰਘ ਦੇ ਨਾਂ ਦੇ ਬੰਦੇ ਨੂੰ ਅੰਦਰ ਫੜਿਆ ਹੋਇਆ ਸੀਗਾ। ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਕਾਫੀ ਚੀਜ਼ਾਂ ਦੀ ਭੰਨ ਤੋੜ ਕੀਤੀ ਸੀਗੀ ਅਤੇ ਮਹਾਰਾਜ ਦੇ ਸਰੂਪ ਨੂੰ ਥੱਲੇ ਸੁੱਟਿਆ ਹੋਇਆ ਸੀਗਾ ਜੀ। ਕੀ ਕਾਰਵਾਈ ਕੀਤੀ ਜਾਵੇ? ਪਿੰਡ ਵਾਲਿਆਂ ਨੇ ਉਹਨੂੰ ਪੁਲਿਸ ਦੇ ਹੈਂਡਓਵਰ ਕਰ ਦਿੱਤਾ ਜੀ। ਪੁਲਿਸ ਵੱਲੋਂ ਉਹਦੇ 'ਤੇ FIR ਨੰਬਰ 20 ਦਰਜ ਕਰਕੇ ਅੰਡਰ ਸੈਕਸ਼ਨ 295A 427 IPC ਅੱਜ ਉਹਨੂੰ ਪੇਸ਼ ਕਰਨਗੇ ਕੱਲ੍ਹ ਤੱਕ ਕੋਰਟ ਵਿੱਚ, ਜਿਹੜੀ ਕਿ ਇਨਵੈਸਟੀਗੇਸ਼ਨ ਦੇ ਦੌਰਾਨ ਹੋਰ ਚੀਜ਼ ਸਾਹਮਣੇ ਆਈ ਉਹਦੇ ਬਾਰੇ ਦਾਰਾ ਜਾਣੂ ਕਰਾ ਦਿੱਤਾ ਜਾਊਗਾ। ਕੀ ਲੱਗਦਾ ਕਿ ਬੰਦਾ ਕੋਈ ਮੰਦਬੁੱਧੀ ਹੈ ਜਾਂ ਕਿਸੇ ਏਜੰਸੀ ਦਾ ਰਿਸ਼ਤਾ? ਏਜੰਸੀ ਵਾਲੀ ਤਾਂ ਕੋਈ ਗੱਲ ਹਜੇ ਸਾਹਮਣੇ ਨਹੀਂ ਆਈ ਜੀ। ਇਹਨਾਂ ਦੇ ਘਰਦਿਆਂ ਨਾਲ ਗੱਲ ਹੋਈ ਆ, ਉਹਦੇ ਫਾਦਰ ਸਾਹਿਬ ਨੇ ਦੱਸਿਆ ਕਿ ਇਹ ਥੋੜ੍ਹਾ ਜਿਹਾ ਮੈਂਟਲੀ ਅਪਸੈਟ ਰਹਿੰਦਾ ਆ, ਇਹਦੀ ਦਵਾਈ ਚੱਲਦੀ ਆ ਜੀ ਔਲਰੇਡੀ ਮਾਨਸੇ ਦੇ ਲਾਗੇ, ਜਦੋਂ ਘਰ ਦੇ ਆਉਣਗੇ ਫਿਰ ਕਲੀਅਰ ਹੋ ਜਾਊ। ਖੈਰ ਦੇਖਿਆ ਜਾਵੇ ਤਾਂ ਗੁਰੂ ਘਰ ਵਿੱਚ ਵਾਪਰ ਰਹੀਆਂ ਮੰਦਭਾਗੀ ਘਟਨਾਵਾਂ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ। ਪਰ ਲਗਾਤਾਰ ਵੱਧ ਰਹੀਆਂ ਇਹਨਾਂ ਮੰਦਭਾਗੀ ਘਟਨਾਵਾਂ ਦਾ ਹਾਲੇ ਤੱਕ SGPC ਕੋਈ ਵੀ ਪੁਖਤਾ ਹੱਲ ਨਹੀਂ ਕੱਢ ਸਕੀ ਹੈ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ, ਚੈਨਲ ਪੰਜਾਬ।